ਇੱਕ ਮਸ਼ਹੂਰ ਮਾਡਲ ਜਿਹੜੀ ਪਹਿਲਾਂ ਇਨਸਪੈਕਟਰ ਸੀ ਤ੍ਰਿਤੀ ਵਰਮਾ ਉਹ ਕਿਹੜੇ ਮਸਲੇ ਦੇ ਵਿੱਚ ਫਸਦੀ ਨਜ਼ਰ ਆ ਰਹੀ ਹੈ ਕਪੜਾ ਛੋਟਾ ਮੋਟਾ ਨਹੀਂ ਹੋਇਆ 264 ਕਰੋੜ ਰੁਪਏ ਦਾ ਇੱਕ ਵੱਡਾ ਕਥਿਤ ਕਪੜਾ ਸਾਹਮਣੇ ਆਉਂਦਾ ਹੈ ਜਿਸ ਦੇ ਬਾਰੇ ਈਡੀ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਈਡੀ ਨੇ ਜਦੋਂ ਜਾਂਚ ਸ਼ੁਰੂ ਕੀਤੀ ਤੇ ਮਨੀ ਲਾਂਡਰਿੰਗ ਦਾ ਇਹ ਮਾਮਲਾ ਪਾਇਆ ਗਿਆ ਇਸ ਮਨੀ ਲਾਂਡਰਿੰਗ ਦੇ ਮਾਮਲੇ ਵਿੱਚ ਮੁੱਖ ਦੋਸ਼ੀਆਂ ਵਿੱਚੋਂ ਇੱਕ ਦੋਸ਼ੀ ਮੰਨੀ ਜਾ ਰਹੀ ਹੈ ਕ੍ਰਿਤੀ ਵਰਮਾ ਪਹਿਲਾਂ ਜੀਐਸਟੀ ਇਨਸਪੈਕਟਰ ਸੀ ਫਿਰ ਉਸ ਤੋਂ ਬਾਅਦ ਮਾਡਲ ਬਣੀ ਔਰ ਜਿਹੜੇ ਦੋ ਮਸ਼ਹੂਰ ਸ਼ੋਅ ਨੇ ਟੀਵੀ ਚੈਨਲਾਂ ਦੇ ਉੱਤੇ ਆਉਂਦੇ ਨੇ ਬਿਗ ਬਾਸ ਤੇ ਰੋਡイズ ਉਸ ਦਾ ਵੀ ਹਿੱਸਾ ਰਹਿ ਚੁੱਕੀ ਹੈ ਇਹ ਮਾਡਲ ਕ੍ਰਿਤੀ ਵਰਮਾ ਹੁਣ ਗੱਲ ਕਰਦੇ ਹਾਂ ਕਿ ਪੂਰਾ ਮਸਲਾ ਕੀ ਹੈ ਕਿਸ ਦੇ ਨਾਲ ਸੰਬੰਧ ਸੀ ਜਿਸ ਦੇ ਕਰਕੇ ਉਸੇ ਜਾਲ ਦੇ ਵਿੱਚ ਉਸੇ ਕੜਿੱਕੀ ਦੇ ਵਿੱਚ ਮਾਡਲ ਕ੍ਰਿਤੀ ਵਰਮਾ ਵੀ ਫਸ ਜਾਂਦੀ ਹੈ ਮਸਾ ਮਸਲਾ ਜਿਹੜਾ ਉਹ ਹੈ ਮਨੀ ਲਾਡਰਿੰਗ ਦਾ ਮਨੀ ਲਾਂਡਰਿੰਗ ਕੇਸ ਦੇ ਵਿੱਚ ਜਦੋਂ ਨਾਮਜ਼ਦ ਕੀਤੇ ਗਏ ਨੇ ਨਾਮ ਤੇ ਉਹਨਾਂ ਦੇ ਵਿੱਚੋਂ ਇੱਕ ਮੁੱਖ ਦੋਸ਼ੀ ਦੇ ਵਜੋਂ ਕ੍ਰਿਤੀ ਵਰਮਾ ਨੂੰ ਵੀ ਦੇਖਿਆ ਜਾ ਰਿਹਾ ਹੈ ਜਿਹੜਾ ਕਪਲਾ ਹੈ ਉਹ ਛੋਟਾ ਮੋਟਾ ਨਹੀਂ ਹੈ ਰਕਮ ਹੈ ਪੂਰੀ 264 ਕਰੋੜ ਰੁਪਏ ਇਸ ਨੂੰ ਲੈ ਕੇ ਫਰਜੀ ਵਾੜਾ ਕਿਵੇਂ ਕੀਤਾ ਗਿਆ ਹਿਰਾਫਰੀ ਕਿਵੇਂ ਕੀਤੀ ਗਈ ਇਸ ਦੇ ਵਿੱਚ ਕਿਹੜੇ ਕਿਹੜੇ ਇਨਕਮ ਵਿਭਾਗ ਦੇ ਹੀ ਜਿਹੜੇ ਅਧਿਕਾਰੀ ਸੀ ਉਹ ਸ਼ਾਮਲ ਹੋ ਗਏ ਸਨ ਜਿਸ ਦੀ ਕਰਕੇ ਇਹ ਸਾਰਾ ਕਪਲਾ ਹੋਇਆ ਇਹ ਸਾਰੀ ਜਾਣਕਾਰੀ ਹੈ ਜਿਹੜੀ ਉਸ ਨੂੰ ਲੈ ਕੇ ਖੰਘਾਲਿਆ ਜਾ ਰਿਹਾ ਰਿਕਾਰਡ ਕਿ ਆਖਰਕਾਰ ਕੌਣ-ਕੌਣ ਇਨਵੋਲਵ ਸੀ ਤੇ منی ਲਾਂਡਰਿੰਗ ਦੇ ਇਸ ਮਾਮਲੇ ਦੇ ਵਿੱਚ ਈਡੀ ਦੇ ਕੋਲ ਆਪਣਾ ਬਿਆਨ ਆ ਜਿਹੜਾ ਕ੍ਰਿਤੀ ਵਰਮਾ ਨੇ ਵੀ ਦਰਜ ਕਰਵਾ ਦਿੱਤਾ। ਹੋਰ ਗੱਲਾਂ ਕੀ ਹੋਈਆਂ ਹੋਣਗੀਆਂ ਸਾਰਾ ਕੁਝ ਤਾਂ ਨਹੀਂ ਪਰ ਇੱਕ ਗੱਲ ਤਾਂ ਪੱਕੀ ਹੈ ਤੈ ਹੈ ਕਿ ਕ੍ਰਿਤੀ ਵਰਮਾ ਨੇ ਇਸ ਲੱਗੇ ਸਾਰੇ ਇਲਜ਼ਾਮਾਂ ਤੋਂ ਸਿਰੇ ਤੋਂ ਇਨਕਾਰ ਦਿੱਤਾ ਹੈ। ਇਨਕਾਰ ਇਹ ਕਹਿ ਕੇ ਕੀਤਾ ਹੈ ਕਿ ਜਿਹੜੇ ਵੀ ਇਲਜ਼ਾਮ ਲੱਗੇ ਨੇ ਇਸ ਦੇ ਨਾਲ ਮੇਰਾ ਕੋਈ ਲੈਣਾ ਦੇਣਾ ਨਹੀਂ। ਹੁਣ ਗੱਲ ਆਉਂਦੀ ਹੈ ਕਿ ਆਖਰਕਾਰ ਨਾਮ ਜੁੜਿਆ ਕਿਵੇਂ? ਇਕ ਭੂਸ਼ਣ ਪਾਟਲ ਨਾਮ ਦਾ ਜੋ ਨਾਮ ਆਇਆ ਇਸ ਮਸਲੇ ਦੇ ਵਿੱਚ ਉਸ ਦੇ ਨਾਲ ਰਿਲੇਸ਼ਨ ਸੰ ਕ੍ਰਿਤੀ ਵਰਮਾ ਦੇ ਉਸ ਨੇ ਇਹ ਵੀ ਦੱਸਿਆ ਕਿ ਉਹ ਕਿਵੇਂ ਰਿਲੇਸ਼ਨ ਦੇ ਵਿੱਚ ਭੂਸ਼ਣ ਪਾਟਲ ਦੇ ਆਉਂਦੀ ਹੈ ਕ੍ਰਿਤੀ ਵਰਮਾ ਔਰ 6 ਮਹੀਨਿਆਂ ਦੇ ਅੰਦਰ ਅੰਦਰ ਜਦੋਂ ਉਸ ਨੂੰ ਪਤਾ ਲੱਗਦਾ ਹੈ ਕਿ ਭੂਸ਼ਣ ਪਾਟਲ ਕਿਸੇ ਮਸਲੇ ਦੇ ਵਿੱਚ ਨਾਮਜ਼ਦ ਹੈ ਜਾਂ ਨਿਸ਼ਾਨੇ ਦੇ ਉੱਤੇ ਆਈਡੀ ਦੇ ਤਾ ਉਸ ਤੋਂ ਬਾਅਦ ਉਸਨੇ ਉਸ ਦੇ ਨਾਲੋਂ ਨਾਤਾ ਤੋੜ ਲਿਆ ਉਸ ਤੋਂ ਬਾਅਦ ਕੋਈ ਆਪਣਾ ਲੈਣ ਦੇਣ ਨਹੀਂ ਰੱਖਿਆ ਹੁਣ ਗੱਲ ਆਉਂਦੀ ਹੈ ਕਿ ਉਸ ਦੇ ਖਾਤਿਆਂ ਦੇ ਵਿੱਚ ਪੈਸੇ ਗਏ ਜਾਂ ਨਹੀਂ ਗਏ ਤਾਂ ਇਸ ਮਸਲੇ ਦੇ ਉੱਤੇ ਕ੍ਰਿਤੀ ਵਰਮਾ ਨੇ ਇਹ ਬਿਆਨ ਦਿੱਤਾ ਹੈ ਕਿ ਜਿਹੜੇ ਮੈਨੂੰ ਪੈਸੇ ਦਿੱਤੇ ਗਏ ਇੱਕ ਡਾਂਸ ਸ਼ੋਅ ਹੋਇਆ ਸੀ ਜਿਸ ਵਿੱਚ ਮੈਂ ਪਰਫਾਰਮ ਕੀਤਾ ਸੀ ਉਸ ਬਦਲੇ ਮੈਨੂੰ 1 ਕਰੋੜ ਰੁਪਈਆ ਮਿਲਿਆ ਸੀ ਹੁਣ ਇਹ ਇੱਕ ਸ਼ੋਅ ਹੋਇਆ ਸੀ ਇੱਕ ਡਾਂਸ ਪਰਫਾਰਮੈਂਸ ਦਿੱਤੀ ਸੀ ਕ੍ਰਿਤੀ ਵਰਮਾ ਨੇ ਉਹ ਇਹ ਕਹਿ ਰਹੀ ਹੈ ਕਿ 1 ਕਰੋੜ ਦੀ ਰਕਮ ਮੇਰੇ ਤੱਕ ਜ਼ਰੂਰ ਆਈ ਪਰ ਉਹ ਮੇਰੇ ਕੰਮ ਦੇ ਕਰਕੇ ਮੇਰਾ ਕੋਈ ਹੋਰ ਲੈਣਾ ਦੇਣਾ ਨਹੀਂ ਸੀ ਜਿਹੜੇ ਪੈਸੇ ਆਏ ਉਹਨਾਂ ਕੱਪੜੇ ਬਾਜੀ ਕੀਤੇ ਗਏ ਇਕੱਠੇ ਕੀਤੇ ਗਏ ਪੈਸਿਆਂ ਦੇ ਨਾਲ ਜਿਹੜੀ ਪ੍ਰਾਪਰਟੀ ਬਣਾਈ ਗਈ ਉਸ ਦੇ ਵਿੱਚ ਕੁਝ ਪ੍ਰਾਪਰਟੀ ਹੈ ਜਿਹੜੀ ਇਹ ਦੱਸਿਆ ਜਾ ਰਿਹਾ ਹੈ ਕਿ ਕ੍ਰਿਤੀ ਵਰਮਾ ਦੇ ਵੀ ਨਾਮ ਤੇ ਹੈ ਹੁਣ ਪੂਰਾ ਮਸਲਾ ਕੀ ਹੈ ਸਾਰੀ ਗੱਲ ਵਿਸਥਾਰ ਦੇ ਨਾਲ ਤੁਹਾਨੂੰ ਦੱਸਦੇ ਜਾਂਦੇ ਹਾਂ ਕਿ ਆਖਰਕਾਰ ਇਹ ਪਰਤਾਂ ਖੋਲਣੀਆਂ ਕਦੋਂ ਸ਼ੁਰੂ ਹੋਈਆਂ ਇਸ ਮਸਲੇ ਦੇ ਵਿੱਚ ਈਡੀ ਦਾ ਇਹ ਕਹਿਣਾ ਹੈ ਕਿ ਜਿਹੜਾ ਨਜਾਇਜ਼ ਪੈਸਾ ਇਕੱਠਾ ਕੀਤਾ ਗਿਆ ਗੈਰ ਕਾਨੂੰਨੀ ਢੰਗ ਦੇ ਨਾਲ ਭੂਸ਼ਣ ਪਾਟਲ ਦੇ ਵੱਲੋਂ ਦੇ ਖਾਤੇ ਦੇ ਵਿੱਚ ਭੇਜਿਆ ਗਿਆ ਤੇ ਇੱਕ ਹਿੱਸਾ ਜਿਹੜਾ ਸੰਪਤੀ ਖਰੀਦੀ ਗਈ ਹੈ ਉਸ ਦਾ ਇਸਤੇਮਾਲ ਕੀਤਾ ਗਿਆ ਤੇ ਜਿਹੜੀ ਪ੍ਰਾਪਰਟੀ ਖਰੀਦੀ ਗਈ ਜਾਇਦਾਦ ਬਣਾਈ ਗਈ ਉਸ ਦੇ ਵਿੱਚ ਕੁਝ ਕ੍ਰਿਤੀ ਵਰਮਾ ਦੇ ਨਾਮ ਦੇ ਉੱਤੇ ਵੀ ਸੀ ਹੁਣ ਕ੍ਰਿਤੀ ਵਰਮਾ ਨੇ ਕਿਹਾ ਕਿ ਇਹ ਗੱਲ ਸਰਾਸਰ ਝੂਠੀ ਹੈ ਮੇਰੇ ਤੇ ਜਿਹੜੇ ਇਲਜ਼ਾਮ ਲੱਗ ਰਹੇ ਨੇ ਉਹ ਇਸ ਤਰ੍ਹਾਂ ਨਹੀਂ ਹੈ ਉਸਨੇ ਇਹ ਆਪਣਾ ਬਿਆਨ ਦਰਜ ਕਰਵਾਇਆ ਤੇ ਨਾਲ ਹੀ ਜਿਹੜੀ ਗੱਲ ਸਾਂਝੀ ਕੀਤੀ ਹੈ ਕਿ ਆ ਕਿ ਉਹ ਇੱਕ ਪਰਫਾਰਮੈਂਸ ਦਿੱਤੀ ਸੀ ਉਸਨੇ ਉਸ ਦਾ ਭੁਗਤਾਨ ਉਸ ਨੂੰ ਕੀਤਾ ਗਿਆ ਸੀ 1 ਕਰੋੜ ਰੁਪਏ ਦਾ ਇਸ ਤੋਂ ਇਲਾਵਾ ਕੋਈ ਹੋਰ ਰਾਸ਼ੀ ਦਾ ਲੈਣ ਦੇਣ ਜਾਂ ਕਿਸੇ ਵੀ ਕਾਲੇ ਧੰਦੇ ਦੇ ਵਿੱਚ ਉਸ ਦੀ ਕੋਈ ਇਨਵੋਲਵਮੈਂਟ ਨਹੀਂ ਹੈ ਉਸਨੇ ਵੀ ਕਿਹਾ ਕਿ ਉਹ ਜ਼ਿੰਮੇਵਾਰ ਨਾਗਰਿਕ ਹੈ ਤੇ ਜਿਹੜੇ ਦੋਸ਼ੀ ਦੇ ਖਿਲਾਫ ਜੋ ਕੁਝ ਚੱਲ ਰਿਹਾ ਸੀ ਤੇ ਇਸ ਕਰਕੇ ਉਸੇ ਹੀ ਪ੍ਰਸੰਗ ਦੇ ਵਿੱਚ ਉਹ ਕ੍ਰਿਤੀ ਵਰਮਾ ਦਾ ਕਹਿਣਾ ਹੈ ਕਿ ਅਪਰਾਧ ਹੋਣ ਤੋਂ ਬਾਅਦ ਇਹ ਦੋਸ਼ ਲੱਗਣ ਤੋਂ ਬਾਅਦ ਭੂਸ਼ਣ ਪਾਟਿਲ ਦੇ ਉੱਤੇ 2020 ਦਾ ਅਖੀਰਲਾ ਸਮਾਂ ਚੱਲ ਰਿਹਾ ਸੀ ਜਦੋਂ ਉਸਨੇ ਇਹ ਡਾਂਸ ਸ਼ੋਅ ਕੀਤਾ ਸੀ ਤੇ ਉਸ ਤੋਂ ਬਾਅਦ ਹੀ ਉਹ ਪਾਟਿਲ ਦੇ ਸੰਪਰਕ ਦੇ ਵਿੱਚ ਆਉਂਦੀ ਹੈ ਜਿਸ ਤੋਂ ਬਾਅਦ ਰਿਲੇਸ਼ਨ ਬਣਦੇ ਨੇ ਸਬੰਧ ਬਣਦੇ ਨੇ ਤਾਂ ਕ੍ਰਿਤੀ ਨੇ ਦਾਵਾ ਇਹ ਵੀ ਕੀਤਾ ਹੈ ਕਿ ਧੋਖਾ ਧੜੀ ਦੇ ਇਸ ਮਾਮਲੇ ਦੀ ਜਦੋਂ ਉਸ ਨੂੰ ਜਾਣਕਾਰੀ ਮਿਲਦੀ ਹੈ ਤੇ 6 ਮਹੀਨਿਆਂ ਦੇ ਅੰਦਰ ਅੰਦਰ ਹੀ ਉਹ ਭੂਸ਼ਣ ਪਾਟਿਲ ਤੋਂ ਅਲੱਗ ਹੋ ਜਾਂਦੀ ਹੈ ਕੋਈ ਨਾਤਾ ਨਹੀਂ ਰੱਖਦੀ ਈਡੀ ਨੇ ਅਸਥਾਈ ਰੂਪ ਦੇ ਵਿੱਚ ਟੈਂਪਰੇਰੀ ਤਾਰ ਦੇ ਉੱਤੇ ਜਿਹੜੀ ਸੰਪਤੀ ਹੈ ਜਿਹੜੀ ਉਹ ਖਰੀਦੀ ਗਈ ਸੀ ਉਹਨਾਂ ਪੈਸਿਆਂ ਦੇ ਨਾਲ ਉਸ ਨੂੰ ਕੁਰਕ ਕਰ ਲਿਆ ਹੁਣ ਇਸ ਮਸਲੇ ਦੇ ਵਿੱਚ ਅਦਾਲਤ ਅੱਗੇ ਇਨਵੈਸਟੀਗੇਸ਼ਨ ਪੂਰੀ ਹੋਣ ਤੋਂ ਬਾਅਦ ਕੀ ਫੈਸਲਾ ਸੁਣਾਉਂਦੀ ਹੈ ਪਰ ਈਡੀ ਦੇ ਸ਼ਕੰਜੇ ਤੇ ਈਡੀ ਦੇ ਨਿਸ਼ਾਨੇ ਦੇ ਉੱਤੇ ਇਹ ਮਾਡਲ ਹੈ ਜਿਹੜੀ ਕਿ ਪਹਿਲਾਂ ਇਨਸਪੈਕਟਰ ਹੁੰਦੀ ਸੀ ਹੁਣ ਇਸ ਦੇ ਵਿੱਚ ਕਿਵੇਂ ਮਿਲੀਭੁਗਤ ਦੇ ਨਾਲ ਇਹ ਕਪੜੇ ਨੂੰ ਅੰਜਾਮ ਦਿੱਤਾ ਗਿਆ ਧੋਖਾ ਧੜੀ ਦੇ ਇਸ ਮਾਮਲੇ ਦੇ ਵਿੱਚ ਆਈਟੀ ਇਨਸਪੈਕਟਰ ਤਾਨਾਜੀ ਮੰਡਲ ਅਧਿਕਾਰੀ ਨੇ ਵੀ ਜਿਹੜਾ ਪਾਟਿਲ ਦੇ ਨਾਲ ਮਿਲ ਕੇ ਇੱਕ ਹਪਲਾ ਕੀਤਾ ਮੰਨਿਆ ਜਾ ਰਿਹਾ ਤਾਨਾਜੀ ਮੰਡਲ ਉਸ ਸਮੇਂ ਜਿਹੜਾ ਸੀਨੀਅਰ ਇਨਕਮ ਸਹਾਇਕ ਸੀ ਉਸਦੇ ਪਦ ਦੇ ਉੱਤੇ ਸੀ ਸੀਨੀਅਰ ਇਨਕਮ ਅਫਸਰ ਸੀ ਜਿਹੜਾ ਸਹਾਇਕ ਦੇ ਤੌਰ ਤੇ ਕੰਮ ਕਰ ਰਿਹਾ ਸੀ ਤੇ ਉਸਨੇ ਅਧਿਕਾਰੀਆਂ ਨੂੰ ਵਿਸ਼ਵਾਸ ਦੇ ਵਿੱਚ ਲੈ ਲਿਆ ਸੀ ਤੇ ਉਸ ਤੋਂ ਬਾਅਦ ਲੌਗ ਇਨ ਕਰਕੇ ਪਾਸਵਰਡ ਦਾ ਪਤਾ ਕੀਤਾ ਔਰ ਉਸ ਤੋਂ ਬਾਅਦ ਇਹ ਜਿਹੜੀ ਹੈ ਹੈਰਾ ਫੇਰੀ ਕਪਲੇਬਾਜੀ ਹੈ ਜਿਹੜੀ ਸਾਹਮਣੇ ਆਈ ਉਸਨੇ ਵੀ ਕਿਹਾ ਕਿ ਜਿਹੜਾ ਇਸਤੇਮਾਲ ਕੀਤਾ ਗਿਆ ਪਾਟਲ ਦੀ ਕੰਪਨੀ ਦੇ ਇੱਕ ਖਾਤੇ ਦੇ ਨੂੰ ਵਰਤਿਆ ਗਿਆ ਤੇ ਫਰਜੀ TDS ਫੰਡ ਨਪਟਾਉਣ ਦੇ ਲਈ ਇਸ ਦੀ ਵਰਤੋਂ ਕੀਤੀ ਗਈ ਹੈ TDS ਫੰਡ ਸੀ ਜਿਹੜੇ ਉਹ ਫਰਜੀ ਬਾੜਾ ਉਸ ਵਿੱਚ ਕਿਵੇਂ ਹੋਇਆ ਸਾਰੀਆਂ ਗੱਲਾਂ ਕੀਤੀਆਂ ਗਈਆਂ ਹੁਣ ਇਹ ਮਾਮਲਾ ਸਾਹਮਣੇ ਕਿਵੇਂ ਆਉਂਦਾ ਪਰਤ ਕਿਵੇਂ ਖੁੱਲਦੀ ਹੈ ਪਹਿਲੀ ਵਾਰੀ ਸੂ ਕਿਵੇਂ ਮਿਲਦੀ ਹੈ ਇਹ ਜਾਨਣਾ ਬਹੁਤ ਜ਼ਰੂਰੀ ਹੈ ਦਰਅਸਲ ਨਵੰਬਰ 2019 ਤੋਂ ਲੈ ਕੇ ਨਵੰਬਰ 2020 ਤੱਕ ਇੱਕ ਅਧਿਕਾਰੀ ਨੇ 264 ਕਰੋੜ ਰੁਪਏ ਦੇ 12 ਫਰਜੀ ਟੀਡੀਐਸ ਰਿਫੰਡ ਨੂੰ ਮਨਜ਼ੂਰੀ ਦੇ ਦਿੱਤੀ। ਹੁਣ 2000 ਨਵੰਬਰ 2019 ਤੋਂ ਸ਼ੁਰੂਆਤ ਹੁੰਦੀ ਹੈ ਤੇ ਨਵੰਬਰ 2020 ਤੱਕ ਇਹ ਸਿਲਸਿਲਾ ਚੱਲਦਾ ਹੈ ਯਾਨੀ ਕਿ 20ਵੇਂ ਦੇ ਅਖੀਰਲੇ ਸਾਲ ਤੱਕ ਮੁਕੰਮਲ ਇੱਕ ਸਾਲ ਦੇ ਅੰਦਰ-ਅੰਦਰ 12 ਫਰਜੀ ਟੀਡੀਐਸ ਕੱਟੇ ਜਾਂਦੇ ਨੇ ਜਿਨ੍ਹਾਂ ਨੂੰ ਮਨਜ਼ੂਰੀ ਦਿੱਤੀ ਜਾਂਦੀ ਹੈ ਟੀਡੀਐਸ ਰਿਫੰਡ ਨੂੰ। ਉਸ ਤੋਂ ਬਾਅਦ ਅਧਿਕਾਰੀ ਨੇ 2021 ਦੇ ਵਿੱਚ ਆਈਟੀ ਇਨਸਪੈਕਟਰ ਦੇ ਰੂਪ ਦੇ ਵਿੱਚ ਇਹ ਸਾਰੇ ਮਸਲੇ ਨੂੰ ਅੰਜਾਮ ਤੱਕ ਪਹੁੰਚਾਇਆ ਸਿਰੇ ਤੱਕ ਪਹੁੰਚਾਇਆ ਇਹ ਹੀ ਵਜ੍ਹਾ ਹੈ ਕਿ ਉਸ ਸਮੇਂ ਜਦੋਂ ਇਹ ਬੇਨਕਾਬ ਹੋ ਗਿਆ ਤੇ ਉਸ ਸਮੇਂ ਸਰਕਾਰੀ ਖਾਤੇ ਦੇ ਨਾਲ ਇਹ ਠੱਗੀ ਕੀਤੀ ਗਈ ਹੈ ਤੇ ਜਿਹੜੀ ਰਾਸ਼ੀ ਹੈ ਉਹ ਟ੍ਰਾਂਸਫਰ ਕਰਨ ਵਾਲੇ ਬੈਂਕ ਨੂੰ ਵੀ ਸ਼ਿਕਾਇਤ ਹੈ ਜਿਹੜੀ ਇਸ ਦੀ ਦੇ ਦਿੱਤੀ ਗਈ ਜਨਵਰੀ 2022 ਦੇ ਵਿੱਚ ਸੀਬੀਆਈ ਨੇ ਅਧਿਕਾਰੀ ਪਾਟਿਲ ਤੇ ਚਾਰ ਅਣਪਛਾਤੇ ਵਿਅਕਤੀਆਂ ਨੂੰ ਨਾਮਜ਼ਦ ਕਰਕੇ ਧੋਖਾਧੜੀ ਮਾਮਲਾ ਦਰਜ ਕਰ ਦਿੱਤਾ ਸੀ ਜਨਵਰੀ 2022 ਦੇ ਵਿੱਚ ਇਹ ਮਾਮਲਾ ਧੋਖਾਧੜੀ ਦਾ ਸੀਬੀਆਈ ਨੇ ਜਿਹੜਾ ਉਸ ਇਨਕਮ ਟੈਕਸ ਦੇ ਅਧਿਕਾਰੀ ਦੇ ਖਿਲਾਫ ਭੂਸ਼ਣ ਪਾਟਿਲ ਦੇ ਖਿਲਾਫ ਤੇ ਹੋਰ ਜਿਹੜੇ ਚਾਰ ਅਣਪਛਾਤੇ ਵਿਅਕਤੀ ਸੀ ਉਹਨਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਸੀਬੀਆਈ ਦੀ ਜਿਹੜੀ ਮੁੱਢਲੀ ਜਾਣਕਾਰੀ ਸੀ ਉਸ ਦੇ ਵਿੱਚ ਜਿਹੜਾ ਮਾਮਲਾ ਦਰਜ ਕੀਤਾ ਗਿਆ ਸੀ ਕ੍ਰਿਤੀ ਵਰਮਾ ਦਾ ਨਾਮ ਨਹੀਂ ਸੀ ਉਸ ਤੋਂ ਬਾਅਦ ਈਡੀ ਨੇ ਐਫ ਆਈ ਆਰ ਦੇ ਆਧਾਰ ਦੇ ਉੱਤੇ ਲਾਂਡਰਿੰਗ ਦਾ ਮਾਮਲਾ ਦਰਜ ਕੀਤਾ ਹੁਣ ਇਸ ਮਸਲੇ ਦੇ ਵਿੱਚ ਮਾਮਲਾ ਜਿਹੜਾ ਲਾਂਡਰਿੰਗ ਦਾ ਬਾਅਦ ਵਿੱਚ ਚੀੜੀ ਨੇ सीबीआई ਦੀ ਜਾਂਚ ਤੋਂ ਬਾਅਦ ਦਰਜ ਕੀਤਾ ਜਿਸ ਤੋਂ ਬਾਅਦ ਕ੍ਰਿਤੀ ਵਰਮਾ ਦਾ ਵੀ ਨਾਮ ਹੈ ਜਿਹੜਾ ਉਹ ਬੋਲਣ ਲੱਗਦਾ ਹੈ ਕ੍ਰਿਤੀ ਨੇ ਇੱਕ ਪ੍ਰੀਖਿਆ ਪਾਸ ਕੀਤੀ ਸੀ ਜੀਮੈਟ ਦੀ ਉਸ ਤੋਂ ਬਾਅਦ ਜੀਐਸਟੀ ਅਧਿਕਾਰੀ ਬਣ ਗਈ ਫਿਰ ਉਹ ਮੁੰਬਈ ਦੇ ਵਿੱਚ ਐਂਟਰੀ ਹੁੰਦੀ ਹੈ ਉੱਥੇ ਜਿਹੜੇ ਸ਼ੋਅ ਹੁੰਦੇ ਨੇ ਖਾਸ ਕਰਕੇ ਰੋਡイズ ਐਕਸਟ੍ਰੀਮ ਦੇ ਵਿੱਚ ਵੀ ਉਸਨੇ ਹਿੱਸਾ ਲਿਆ ਰੋਡイズ ਦੇ ਵਿੱਚ ਜਦੋਂ ਕ੍ਰਿਤੀ ਵਰਮਾ ਇਨ੍ਹਾਂ ਸ਼ੋਜ਼ ਦਾ ਹਿੱਸਾ ਬਣੀ ਤੇ ਉਸ ਤੋਂ ਬਾਅਦ ਹੀ ਚਰਚਾ ਦੇ ਵਿੱਚ ਆਉਂਦੀ ਹੈ ਔਰ ਆਪਣੀ ਉਹ ਤਸਵੀਰਾਂ ਦੇ ਨਾਲ ਆਪਣੇ ਉਸ ਸ਼ੋਅ ਦੇ ਵਿੱਚ ਕੰਮ ਦੇ ਨਾਲ ਚਰਚਾ ਦਾ ਵਿਸ਼ਾ बन ਜਾਂਦੀ ਹੈ ਹੁਣ ਇਸ ਮਸਲੇ ਦੇ ਵਿੱਚ ਈਡੀ ਨੇ ਜਿਹੜੀ ਐਫ ਆਈ ਆਰ ਦਰਜ ਕੀਤੀ ਉਸ ਦੇ ਆਧਾਰ ਦੇ ਉੱਤੇ ਹੀ ਮਨੀ ਲਾਂਡਰਿੰਗ ਦਾ ਮਾਮਲਾ ਦਰਜ ਕੀਤਾ ਗਿਆ ਤੇ ਪਿਛਲੇ ਮਹੀਨੇ ਮਹਾਰਾਸ਼ਟਰ ਤੇ ਕਰਨਾਟਕ ਦੇ ਵਿੱਚ ਕੁੱਲ ਮਿਲਾ ਕੇ 70 ਕਰੋੜ ਰੁਪਏ ਦੇ ਮੁੱਲ ਦੀ ਜਿਹੜੀ 32 ਸੰਪਤੀਆਂ ਨੇ ਜਾਇਦਾਦਾਂ ਨੇ ਵੱਖਰੀਆਂ ਵੱਖਰੀਆਂ ਉਹਨਾਂ ਨੂੰ ਕੁਰਕ ਕਰ ਦਿੱਤਾ ਗਿਆ ਕੁਰਕ ਕੀਤੀ ਗਈ ਸੰਪਤੀ ਦੇ ਵਿੱਚ ਜਿਹੜਾ ਖੰਡਾਲਾ ਕਰਜਤ ਪੂਨੇ ਤੇ ਅਡੂਪੀ ਦੇ ਵਿੱਚ ਇਲਾਕੇ ਨੇ ਜਿਹੜੇ ਦੱਸੇ ਜਾਂਦੇ ਨੇ ਜਿੱਥੇ ਜ਼ਮੀਨ ਹੈ ਜਿਹੜੀ ਉਹ ਜਿਹੜੇ ਫਲੈਟ ਨੇ ਮੁੰਬਈ ਦੇ ਵਿੱਚ ਉਸ ਦੇ ਰੂਪ ਦੇ ਵਿੱਚ ਕਿਰਕ ਕੀਤੇ ਗਏ ਨੇ ਇਸ ਦੇ ਵਿੱਚ ਤਿੰਨ ਲਗਜ਼ਰੀ ਕਾਰਾਂ ਵੀ ਨੇ BMW X7 Mercedes ਤੇ Audi ਆ ਜਿਹੜੀ Q7 ਇਸ ਨੂੰ ਵੀ ਜਿਹੜਾ ਜ਼ਬਤ ਕੀਤਾ ਗਿਆ ਉਸ ਪ੍ਰਾਪਰਟੀ ਵਿੱਚ ਸ਼ਾਮਲ ਕੀਤਾ ਗਿਆ ਤੇ ਇਹਨਾਂ ਸੰਪਤੀਆਂ ਦੇ ਵਿੱਚ ਅੱਗੇ ਜੇਕਰ ਮਾਮਲੇ ਦੀ ਗੱਲ ਤੋਰੀਏ ਤਾਂ ਈਡੀ ਨੇ ਮਾਮਲੇ ਦੇ ਵਿੱਚ 96 ਕਰੋੜ ਰੁਪਏ ਵਾਲੇ ਜਿਹੜੇ ਵੱਖ-ਵੱਖ ਸੰਪਤੀਆਂ ਨੇ ਜਾਂ ਬੈਂਕ ਖਾਤਿਆਂ ਨੂੰ ਸੀਲ ਕਰ ਦਿੱਤਾ ਹੈ ਤੇ ਹੁਣ ਤੱਕ ਈਡੀ ਨੇ ਇਸ ਮਾਮਲੇ ਦੇ ਵਿੱਚ ਸਮੂਹਿਕ ਰੂਪ ਦੇ ਵਿੱਚ 166 ਕਰੋੜ ਰੁਪਏ ਦੀ ਜਾਇਦਾਦ ਤੇ ਬੈਂਕ ਬੈਲੈਂਸ ਹੈ ਜਿਹੜਾ ਉਹ ਜਬਤ ਕਰ ਲਿਆ ਕੁਰਕ ਕਰ ਲਿਆ ਤੇ ਇਸ ਤਰੀਕੇ ਨਾਲ ਸੂ ਮਿਲਦੀ ਹੈ ਇਸ ਮਾਮਲੇ ਦੀ ਤੇ ਕ੍ਰੀਤੀ ਵਰਮਾ ਵੀ ਇਸ ਸ਼ਿਕੰਜੇ ਦੇ ਵਿੱਚ ਫਸ ਜਾਂਦੀ ਹੈ ਇਨਸਪੈਕਟਰ ਤੋਂ ਮਾਡਲ ਮਾਡਲ ਬਣ ਕੇ ਉਸਨੇ ਜਿਹੜਾ ਨਾਮਣਾ ਖੱਟਿਆ ਉਸ ਤੋਂ ਬਾਅਦ ਜਦੋਂ ਇਸ ਕੇਸ ਦੇ ਵਿੱਚ ਇਨਵੋਲਵਮੈਂਟ ਪਾਈ ਜਾਂਦੀ ਹੈ ਤੇ ਹੁਣ ਜਾਇਦਾਦਾਂ ਵੀ ਕੁਰਕ ਈਡੀ ਦੇ ਵੱਲੋਂ ਫਿਲਹਾਲ ਕਰ ਲਈਆਂ ਗਈਆਂ ਨੇ ਅਦਾਲਤ ਇਸ ਮਸਲੇ ਦੇ ਵਿੱਚ ਕਿਸ ਦੇ ਹੱਕ ਵਿੱਚ ਫੈਸਲਾ ਸੁਣਾਉਂਦੀ ਆਉਣ ਵਾਲੇ ਸਮੇਂ 'ਚ ਪਤਾ ਲੱਗੇਗਾ ਪਰ ਕੱਪੜਾ ਬਹੁਤ ਵੱਡਾ ਹੈ ਇਸੇ ਕਰਕੇ ਚਰਚਾ ਦਾ ਵਿਸ਼ਾ ਬਣ ਗਿਆ ਦੇਖਦੇ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਜਿਵੇਂ ਜਾਂਚ ਅੱਗੇ ਵੱਧਦੀ ਹੈ ਇਸ ਮਸਲੇ 'ਚ ਕੀ ਬਣੇਗਾ